ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਅਟਰਨੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸ਼, ਔਰ ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਦਿੱਤੀ ਗਈ ਹੈ ਐਮੀ ਵਿਰਕ ਜੀ ਵੱਲੋਂ। ਜੀ ਹਾਂ ਦੋਸਤੋ, ਐਮੀ ਵਿਰਕ ਜੀ ਨੇ ਅਨਾਊਂਸ ਕਰ ਦਿੱਤੀ ਹੈ ਇੱਕ ਨਵੀਂ ਪੰਜਾਬੀ ਫਿਲਮ, ਜਿਸਦਾ ਟਾਈਟਲ ਹੈ ਸੁਪਨਾ। ਜੀ ਹਾਂ ਦੋਸਤੋ, ਇਹ ਸੁਪਨਾ ਉਹ ਦੇਖ ਰਹੇ ਹਨ ਤਾਨੀਆ ਜੀ ਨਾਲ। ਜੀ ਹਾਂ ਦੋਸਤੋ, ਇਹ ਇੱਕ ਰੋਮੈਂਟਿਕ ਫਿਲਮ ਹੋਵੇਗੀ ਅਤੇ ਇਹ ਜੋ ਹੈ ਉਹ 14 ਫਰਵਰੀ ਯਾਨੀ ਕਿ ਵੈਲੈਂਟਾਈਨ ਡੇ ਵਾਲੇ ਦਿਨ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਜੀ ਵੱਲੋਂ ਅਤੇ ਇਸ ਫਿਲਮ ਨੂੰ ਪ੍ਰੋਡਿਊਸ ਕਰੇ ਹਨ ਪੰਜ ਪਾਣੀ ਫਿਲਮਸ। ਸੋ ਦੋਸਤੋ, ਇਹ ਫਿਲਮ ਕੌਣ ਕੌਣ ਦੇਖਣ ਜਾ ਰਿਹਾ ਹੈ ਸਾਨੂੰ ਕਮੈਂਟ ਲਾਈਕ ਐਂਡ ਸ਼ੇਅਰ ਕਰਕੇ ਜ਼ਰੂਰ ਦੱਸਿਆ, ਅਤੇ ਕੌਣ ਕੌਣ ਐਮੀ ਵਿਰਕ ਅਤੇ ਤਾਨੀਆ ਜੀ ਦੀ ਇਸ ਜੋੜੀ ਦੀ ਫਿਲਮ ਜਿਸਦਾ ਟਾਈਟਲ ਹੈ ਸੁਪਨਾ ਦੇਖਣ ਜਾ ਰਿਹਾ ਹੈ ਸਾਨੂੰ ਕਮੈਂਟ ਲਾਈਕ ਐਂਡ ਸ਼ੇਅਰ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਬੋਲੀਵੁੱਡ ਅਤੇ ਬਾਲੀਵੁੱਡ ਦੇ ਲੇਟੈਸਟ ਅਤੇ ਰੈਗੂਲਰ ਅਪਡੇਟਸ ਮਿਲਦੇ ਰਹਿਣ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।